ਅਕਾਲ, ਮੈਂ ਬਲਵਿੰਦਰ ਸਿੰਘ ਤਲਵੰਡੀ, ਤੁਸੀਂ ਦੇਖ ਰਹੇ ਸਾਡਾ ਚੈਨਲ ਤਲਵੰਡੀ ਬਾਈ ਸੁਰਦਾਸ। ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ੇਖੂਪੁਰਾ ਦੇ ਢੱਟ ਦੇ ਵਿਚਾਲੇ, ਜਿੱਥੇ ਕਿ ਹੋਲੇ ਮਹੱਲੇ ਨੂੰ ਲੈ ਕੇ ਮੋਰਗਮਾ ਪਿੰਡ ਵੱਲੋਂ ਗੰਨੇ ਦੇ ਰਸ ਦਾ ਲੰਗਰ ਲੱਗਿਆ ਹੋਇਆ। ਇਹ ਜਿਹੜੇ ਮੋਦੀ ਸਰਕਾਰਾਂ ਅਤੇ ਹੋਰ ਸਰਕਾਰਾਂ ਉਹ ਕਹਿੰਦੀਆਂ 2% ਵਾਲੇ ਆ, ਇਹ ਆਤੰਕਵਾਦੀ ਆ, ਇਹ ਫਲਾਣੇ ਆ ਪੰਜਾਬੀ, ਇਹ ਤੁਹਾਨੂੰ ਦਿਖਾਉਣੇ ਆ ਜੋ ਵੀ ਇਹ 2% ਵਾਲੇ ਆਤੰਕਵਾਦੀ ਆ। ਦੇਖ ਕੇ ਦੱਸਿਓ ਸਾਰੇ, ਜਿਹੜਾ ਕਮੈਂਟ ਕਰਕੇ ਲਾਇਕ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਦੇਖੋ ਭਲਾ ਇਹ 2% ਵਾਲੇ ਆਤੰਕਵਾਦੀ ਇਹੀ ਆ ਅਤੇ ਆਤੰਕਵਾਦੀ ਜਿਹੜੇ 2% ਵਾਲੇ ਆ ਕਿੰਨਾ ਕੁਛ ਕਰਦੇ ਆ ਦੇਖੋ। ਕੀਤਾ ਜਾਂਦਾ ਵੀਰੇ, ਬਹੁਤ ਬਹੁਤ ਧੰਨਵਾਦ ਆ ਜੀ ਸੰਗਤਾਂ ਦਾ ਜਿਨ੍ਹਾਂ ਨੇ ਸਾਡੇ ਪਿਆਰੇ ਦੇ ਸੱਦੇ 'ਤੇ ਟਰੈਕਟਰ ਰੋਕੇ ਆ। ਵਾਹਿਗੁਰੂ ਤੁਹਾਡੀ ਯਾਤਰਾ ਸੁਫਰੀ ਕਰੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ। ਆ ਜਾਓ ਵੀਰ ਜੀ, ਠੰਡਾ ਮਿੱਠਾ ਤਾਜ਼ਾ ਗੰਨੇ ਦਾ ਰਸ ਆ ਜੀ। ਪਿੰਡ ਮੋਰ ਕਰੀਮ ਦੀਆਂ ਸੰਗਤਾਂ ਵੱਲੋਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਦੇ ਲਈ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇੱਕ ਮੇਰੇ ਵੀਰ ਵੱਲੋਂ 50 ਲੱਖ ਦਮੜੇ ਮਾਇਆ ਅਰਦਾਸ ਕਰਵਾਈ ਜਾਂਦੀ ਹੈ। ਵਾਹਿਗੁਰੂ ਚੜ੍ਹਦੀਆਂ ਕਲਾ ਹਰ ਵਿਧਾਨ ਫਤਿਹ, ਗੁਰਸਿੱਖੀ ਜੀਵਨ ਨਾਮ ਦਨ ਬਖਸ਼ੇ। ਆ ਜਾਓ ਵੀਰ ਜੀ, ਆ ਜਾਓ ਭਰਾ ਜੀ, ਠੰਡਾ ਮਿੱਠਾ ਤਾਜ਼ਾ ਗੰਨੇ ਦਾ ਰਸ ਆ ਜੀ। ਵਾਹਿਗੁਰੂ ਯਾਤਰਾ ਚੰਗੀ ਕਰੋ, ਬਹੁਤ ਬਹੁਤ ਰੱਖੋ। ਵੀਰ ਜੀ, ਮੁੰਡਾ ਦੇਖੋ ਗੰਨੇ ਦਾ ਰਸ ਆ।